ਪ੍ਰਭੂ ਯਿਸੂ ਮਸੀਹ ਦੇ ਨਾਮ ਦੇ ਵਿੱਚ ਸਾਰਿਆਂ ਨੂੰ ਜੈ ਮਸੀਹ ਦੀ। ਆਓ ਅੱਜ ਆਪਾਂ ਪਰਮੇਸ਼ਵਰ ਦੇ ਵਚਨਾਂ 'ਚੋਂ ਦੇਖਾਂਗੇ ਜ਼ਬੂਰਾਂ ਦੀ ਪੋਥੀ ਉਹਦਾ 120 ਤੇ 121 ਭਾਗ। ਉਸ ਤੋਂ ਪਹਿਲਾਂ ਆਪਾਂ ਪ੍ਰੇਅਰ ਕਰਾਂਗੇ। ਪ੍ਰਭੂ ਯਿਸੂ ਮਸੀਹ ਤੁਹਾਡਾ ਧੰਨਵਾਦ 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 ਜੋ ਤੁਸੀਂ ਸਾਨੂੰ ਅੱਜ ਦੇ ਦਿਨ ਲਈ ਸੰਭਾਲ ਕੇ ਰੱਖਿਆ। ਅੱਜ ਦੇ ਸੁੰਦਰ ਸਮੇਂ ਦੇ ਵਾਸਤੇ ਤੁਹਾਡਾ ਧੰਨਵਾਦ ਕਰਦੀ ਹਾਂ। ਅੱਜ ਦੇ ਸਾਹਾਂ ਦੇ ਲਈ ਤੁਹਾਡਾ ਧੰਨਵਾਦ ਕਰਦੀ ਹਾਂ। ਅੱਜ ਦੇ ਜੋ ਵੀ ਵਚਨ ਪੜ੍ਹੇ ਜਾਣੇ ਹਨ ਇਹਨਾਂ ਵਚਨਾਂ ਨੂੰ ਕੋਈ ਵੀ ਵੈਰੀ ਸਾਥੋਂ ਚੁਰਾ ਨਾ ਸਕੇ। ਉਹ ਇੱਕ ਇੱਕ ਦੇ ਦਿਲ ਦੀਆਂ ਤਖਤੀਆਂ 'ਤੇ ਲਿਖੇ ਜਾਣ ਅਤੇ 100 ਗੁਣਾ ਫਲ ਨੂੰ ਲੈ ਕੇ ਆਉਣ। ਇਹ ਦੁਆ ਯਿਸੂ ਮਸੀਹ ਦੇ ਨਾਂ 'ਚ ਮੰਗਦੀ ਹਾਂ, ਆਮੀਨ। ਸਲੇਡੀ ਜੀਭ ਤੋਂ ਬਚਣਾ। ਮੇਰੀ ਬਿਪਤਾ ਦੇ ਦਿਨ ਮੈਂ ਯਹੋਵਾ ਨੂੰ ਪੁਕਾਰਿਆ ਅਤੇ ਉਹਨੇ ਮੈਨੂੰ ਉੱਤਰ ਦਿੱਤਾ। ਹੈ ਯਹੋਵਾ, ਮੇਰੀ ਜਾਨ ਨੂੰ ਝੂਠੇ ਬੁੱਲਾਂ ਤੋਂ ਅਤੇ ਸਲੇਡੀ ਜੀਭ ਤੋਂ ਛੁਡਾ ਲੈ। ਹੈ ਸਲੇਡੀ ਅਜੀਬੇ, ਤੈਨੂੰ ਕੀ ਦਿੱਤਾ ਜਾਵੇ ਅਤੇ ਹੋਰ ਤੇਰੇ ਲਈ ਕੀ ਕੀਤਾ ਜਾਵੇ? ਸੂਰਮੇ ਦੇ ਤਿੱਖੇ ਬਾਣ, ਰਿਥਮ ਦੇ ਅੰਗਿਆਰੇ ਸਣੇ। ਹਾਏ ਮੈਨੂੰ, ਕੀ ਮੈਂ ਮਸ਼ਕ ਵਿੱਚ ਟਿਕਦਾ? ਕੀ ਮੈਂ ਕੈਦਾਰ ਦੇ ਡੇਰਿਆਂ ਵਿੱਚ ਵੱਸਦਾ ਹਾਂ? ਮੇਰੀ ਜਾਨ ਨੇ ਸੂਲਾ ਦੇ ਵੈਰੀ ਕੋਲ ਬਹੁਤ ਚਿਰ ਟਿਕ ਆਪਣਾ ਵਸੇਬਾ ਕੀਤਾ ਹੈ। ਮੈਂ ਸੂਲਾ ਚਾਹੁੰਦਾ ਹਾਂ, ਪਰ ਜਦ ਮੈਂ ਬੋਲਦਾ ਹਾਂ ਉਹ ਲੜਾਈ ਚਾਹੁੰਦੇ ਹਨ। ਹਾਲੇਲੂਇਆ। ਭਾਗ 121, ਯਹੋਵਾ ਰਾਖਾ ਹੈ। ਮੈਂ ਆਪਣੀਆਂ ਅੱਖਾਂ ਪਹਾੜ ਵੱਲ ਚੁੱਕਦਾ ਹਾਂ, ਮੇਰੀ ਸਹਾਇਤਾ ਕਿੱਥੋਂ ਆਵੇਗੀ? ਮੇਰੀ ਸਹਾਇਤਾ ਯਹੋਵਾ ਤੋਂ ਹੈ, ਜੋ ਆਕਾਸ਼ ਤੇ ਧਰਤੀ ਦਾ ਕਰਤਾ ਹੈ। ਉਹ ਤੇਰੇ ਪੈਰ ਨੂੰ ਡੋਲਣ ਨਾ ਦੇਵੇਗਾ, ਤੇਰਾ ਰਾਖਾ ਨਾ ਉਂਗਲਾਵੇਗਾ। ਵੇਖ, ਇਜ਼ਰਾਇਲ ਦਾ ਰਾਖਾ ਨਾ ਉਂਗਲਾਵੇਗਾ ਨਾ ਸੌਵੇਂਗਾ। ਯਹੋਵਾ ਤੇਰਾ ਰਾਖਾ ਹੈ, ਯਹੋਵਾ ਤੇਰੇ ਸੱਜੇ ਹੱਥ 'ਤੇ ਤੇਰਾ ਸਾਇਆ ਹੈ। ਨਾ ਦਿਨੇ ਸੂਰਜ ਤੈਨੂੰ ਮਾਰੇਗਾ, ਨਾ ਰਾਤੀ ਚੰਦਰਮਾ। ਯਹੋਵਾ ਸਾਰੀ ਬਦੀ ਤੋਂ ਤੇਰੀ ਰੱਖਿਆ ਕਰੇਗਾ, ਉਹ ਤੇਰੀ ਜਾਨ ਦੀ ਰੱਖਿਆ ਕਰੇਗਾ। ਯਹੋਵਾ ਤੇਰੇ ਅੰਦਰ ਬਾਹਰ ਆਉਣ ਜਾਣ ਦੀ ਹੁਣ ਤੋਂ ਲੈ ਕੇ ਸਦੀਪਕ ਕਾਲ ਤੀਕ ਰੱਖਿਆ ਕਰੇਗਾ। ਹਾਲੇਲੂਇਆ। ਪਰਮੇਸ਼ੁਰ ਤੁਹਾਨੂੰ ਸਾਰਿਆਂ ਨੂੰ ਹੀ ਇਹਨਾਂ ਵਚਨਾਂ ਦੇ ਦੁਆਰਾ ਆਸ਼ੀਸ਼ ਅਤੇ ਬਰਕਤ ਦੇਵੇ, ਆਮੀਨ।